ਚਾਲਵੀਂ ਕਹਾਣੀ ਈਸਵੇ ਜੋ ਕਰੂਸ ਪਰ ਚੜ੍ਹਾਇਆ ਜਾਂਦਾ ਹੈ। ਈਸਵੇ ਦਾ ਮਜ਼ਾਕ ਕਰਨ ਤੋਂ ਬਾਅਦ ਸੈਨਿਕ ਤਿਸੀ ਕਰੂਸ ਪਰ ਚੜ੍ਹਾਉਣ ਤਾਈ ਲਈ ਗਏ। ਤਿਨਾ ਤਿਸ ਕਰੂਸੇ ਜੋ ਤਿਸਤੇ ਹੀ ਚਕਾਇਆ ਜਿਸ ਪਰ ਸਹਿ ਮਰਗਾ। ਸਹਿ ਸੈਨਿਕ ਈਸਵੇ ਜੋ ਤਿਸ ਜਗ੍ਹਾ ਪਰ ਲਈ ਆਏ ਜਿਹੜੀ ਜਗ੍ਹਾ ਖੋਪੜੀ ਹੈ ਤਿਸ ਦੀਆਂ ਹੱਥਾਂ ਕੰਨੇ ਪੈਰਾਂ ਜੋ ਕਰੂਸੇ ਪਰ ਲਗਾਈ ਦਿਆ। ਅਪਰ ਈਸਵੇ ਗਲਾਇਆ, ਹੇ ਪਿਤਾ ਇਹਨਾਂ ਜੋ ਮਾਫ਼ ਕਰ, ਕਜੋ ਕਿ ਇਹ ਨਹੀਂ ਜਾਣਦੇ ਕਿ ਇਹ ਕਿਆ ਕਰਦੇ ਹਨ। ਤਿਨਾ ਇੱਕ ਤਖ਼ਤੀ ਵੀ ਤਿਸਦੇ ਸਿਰੇ ਦੇ ਉੱਪਰ ਟੁੰਗੀ ਦਿੱਤੀ। ਤਿਸ ਪਰ ਲਿਖਿਆ ਥਾ, ਯਹੂਦੀਆਂ ਦਾ ਰਾਜਾ। ਪਿਲਾਤੁਸੇ ਤਿਨਾਂ ਜੋ ਇਹ ਹੀ ਲਿਖਣੇ ਤਾਈਂ ਗਲਾਇਆ ਥਾ। ਤਾਲੂ ਸੈਨਿਕਾਂ ਈਸਵੇ ਦੇ ਕੱਪੜਿਆਂ ਤਾਈਂ ਚਿੱਠੀਆਂ ਪਾਈਆਂ। ਜਲੂ ਤਿਨਾਂ ਇਹਦੇ ਕੀਤਾ ਤਾਂ ਤਿਨਾਂ ਭਵਿੱਖਬਾਣੀ ਜੋ ਪੂਰਾ ਕੀਤਾ ਜਿਹੜੀ ਗਲਾਂਦੀ ਥੀ। ਤਿਨਾਂ ਮੇਰਿਆਂ ਕੱਪੜਿਆਂ ਜੋ ਅੱਪੂ ਚ ਵੰਡੀ ਲਿਆ, ਕੰਨੇ ਮੇਰਿਆਂ ਕੱਪੜਿਆਂ ਤਾਈਂ ਚਿੱਠੀਆਂ ਪਾਈਆਂ। ਉੱਥੋਂ ਦੋ ਡਾਕੂ ਥੇ ਜਿਨ੍ਹਾਂ ਜੋ ਸੈਨਿਕਾਂ ਤਿਸ ਵਕਤੇ ਪਰ ਕਰੂਸੇ ਪਰ ਚੜ੍ਹਾਇਆ ਥਾ। ਤਿਨਾਂ ਜੋ ਈਸਵੇ ਦੇ ਦੂਨੀ ਪਾਸੇ ਰੱਖਿਆ ਥਾ। ਤਿਨਾਂ ਚ ਇੱਕ ਡਾਕੂ ਨੇ ਈਸਵੇ ਦਾ ਮਜ਼ਾਕ ਉਡਾਇਆ, ਅਪਰ ਦੂਮੇ ਗਲਾਇਆ, ਕਿਆ ਤੂੰ ਨਹੀਂ ਡਰਦਾ ਕਿ ਪਰਮਾਤਮਾ ਤੀਜੋ ਸਜ਼ਾ ਦੇਂਗਾ? ਆਹ ਮਤਿਆਂ ਬੁਰੀਆਂ ਕੰਮਾਂ ਕਰਨ ਦੇ ਦੋਸ਼ੀ ਹਨ, ਅਪਰ ਇਹ ਮਾਣੂ ਬੇਕਸੂਰ ਹੈ। ਫਿਰ ਤਿੰਨੀ ਈਸਵੇ ਜੋ ਗਲਾਇਆ, ਜਾਲੂ ਤੂੰ ਆਪਣੇ ਰਾਜ ਚ ਆਉਂਗਾ ਤਾਂ ਕਿਰਪਾ ਕਰੀਕੇ ਮਿੰਜੋ ਯਾਦ ਰੱਖਿਆ। ਈਸਵੇ ਜਵਾਬ ਦਿੱਤਾ, ਅੱਜ ਹੀ ਤੂੰ ਮਿੰਜੋ ਸੋਗੀ ਸਵਰਗੇ ਚ ਹੋਊਗਾ। ਯਹੂਦੀ ਅਗਵਾ ਕਨੇ ਭੀੜਾ ਦੇ ਮਤਿਆਂ ਲੋਕਾਂ ਈਸਵੇ ਦਾ ਮਜ਼ਾਕ ਬਣਾਇਆ। ਤਿਨਾਂ ਤਿਸ ਜੋ ਗਲਾਇਆ, ਅਗਰ ਤੂੰ ਪਰਮਾਤਮੇ ਦਾ ਪੁੱਤਰ ਹੈ ਤਾਂ ਕਰੂਸੇ ਤੇ ਲੋਹੀ ਆ, ਕਨੇ ਆਪਣੇ ਆਪੇ ਜੋ ਬਚਾਈ ਲੈ, ਤਾਲੂ ਆਹਾਂ ਤੀਜੋ ਪਰ ਵਿਸ਼ਵਾਸ ਕਰਗੇ। ਤਾਲੂ ਸਾਰੇ ਦੇਸੇ ਦਾ ਅੰਬਰ ਪੂਰੇ ਤਰੀਕੇ ਨੇ ਕਾਲਾ ਹੋਈ ਗਿਆ। ਭਲੇ ਹੀ ਸਹਿ ਦਿਨੇ ਦਾ ਵਕਤ ਥਾ, ਇਹ ਦੁਪਹਿਰ ਦੇ ਵਕਤ ਕਾਲਾ ਹੋਇਆ ਥਾ, ਕਨੇ ਤਿੰਨਾ ਘੰਟਿਆਂ ਤਿਕਰ ਇਹਦੇ ਹੀ ਰਿਹਾ ਥਾ। ਤਾਲੂ ਈਸਵੇ ਪੁਕਾਰੀ ਨੇ ਗਲਾਇਆ, ਪੂਰਾ ਹੋਇਆ, ਹੇ ਪਿਤਾ ਮੈਂ ਆਪਣੀ ਆਤਮਾ ਜੋ ਤੇਰੇ ਹੱਥਾਂ ਚ ਦਿੰਦਾ ਹੈ। ਤਾਲੂ ਤਿੰਨੀ ਆਪਣੇ ਸਿਰੇ ਜੋ ਝੁਕਾਈ ਕਰੀ, ਕਨੇ ਆਪਣੇ ਪ੍ਰਾਣਾਂ ਜੋ ਛੱਡੀ ਦਿੱਤਾ। ਜਾਲੂ ਮਰਿਆ ਤਾਂ ਇੱਕ ਹਿੱਲਣ ਹੋਇਆ, ਸਹਿ ਵੱਡਾ ਪਰਦਾ ਜਿਹੜਾ ਪਰਮਾਤਮੇ ਦੀ ਹਜ਼ੂਰੀਆ ਤੇ ਲੋਕਾਂ ਜੋ ਲੱਗ ਕਰਦਾ ਥਾ, ਉਪਰੇ ਤੇ ਥੱਲੇ ਪਾਸੇ ਹੋਈ ਕਰੀ ਫਟੀ ਕਰੀ ਦੋ ਭਾਗ ਹੋਈ ਗਏ। ਆਪਣੀਆਂ ਮੋਤੀ ਦੇ ਜ਼ਰੀਏ ਈਸਵੇ ਲੋਕਾਂ ਤਾਈਂ ਪਰਮਾਤਮੇ ਅੱਲੀ ਆਉਣੇ ਦਾ ਰਸਤਾ ਖੋਲ ਹੀ ਦਿੱਤਾ। ਜਾਲੂ ਈਸਵੇ ਪਰ ਨਜ਼ਰ ਕਰਨੇ ਵਾਲੇ ਇੱਕ ਸੈਨਿਕ ਜਿਹੜਾ ਕੁਛ ਹੋਇਆ ਥਾ ਇਹ ਸਾਰਾ ਕੁਛ ਦੇਖਿਆ ਤਾਂ ਤਿੰਨੀ ਗਲਾਇਆ, ਪੱਕੇ ਰੂਪੇ ਚ ਇਹ ਮਾਣੂ ਬੇਕਸੂਰ ਥਾ, ਇਹ ਪਰਮਾਤਮੇ ਦਾ ਪੁੱਤਰ ਹੈ। ਤਾਲੂ ਯੂਸਫ ਕਨੇ ਨਕੁਦੇ ਮੁਸ ਨਾਂ ਦੇ ਦੋ ਯਹੂਦੀ ਅਗਵੇ ਆਏ, ਸਹਿ ਵਿਸ਼ਵਾਸ ਕਰਦੇ ਥੇ ਕਿ ਈਸੂ ਹੀ ਮਸੀਹ ਥਾ। ਤਿਨਾਂ ਪਿਲਾਤੁਸ ਨੇ ਈਸੂਏ ਦੇ ਸਰੀਰੇ ਜੋ ਮੰਗਿਆ, ਤਿਨਾਂ ਤਿਸਦੇ ਸਰੀਰੇ ਜੋ ਕੱਪੜੇ ਚ ਲਪੇਟਿਆ। ਤਾਲੂ ਸਹਿ ਤਿਸੀਓ ਇੱਕ ਚਟਾਨ ਚ ਕੱਟੀ ਕਰੀ ਕਬਰਾਂ ਚ ਲਈ ਗਏ, ਕਨੇ ਤਿਸਦੇ ਅੰਦਰ ਰੱਖੀ ਦਿੱਤਾ। ਤਾਲੂ ਤਿਨਾਂ ਤਿਸਾ ਕਬਰਾਂ ਦੇ ਦਰਵਾਜ਼ੇ ਜੋ ਬੰਦ ਕਰਨੇ ਤਾਈਂ ਵੱਡੇ ਪੱਥਰੇ ਜੋ ਢਾਈ ਦਿੱਤਾ।